ਬਾਰਿਸ਼ ਦਾ ਪਾਣੀ ਪੈ ਗਿਆ ਹੈਗਾ ਜੀ ਟੈਂਕਰ 'ਚ, ਅਤੇ ਉਹਦੇ ਥਰੂ ਗੱਡੀਆਂ 'ਚ ਪੈ ਗਿਆ ਜੀ। ਜਿਹੜਾ ਪੰਪ ਦੇ ਉਹਦੇ 'ਚ ਟੈਂਕਰ 'ਚ ਪਾਣੀ ਪੈ ਗਿਆ, ਕੀ ਤੁਹਾਡੇ ਆਟੋ ਮਿਸ਼ਨ ਸਿਸਟਮ ਲੱਗਾ ਹੋਇਆ? ਆਟੋਮੇਸ਼ਨ ਸਿਸਟਮ ਤਾਂ ਲੱਗਾ, ਪਰ ਕਿਉਂ ਨਹੀਂ ਬੰਦ ਹੋਇਆ? ਜਦੋਂ ਆਟੋ ਮਿਸ਼ਨ ਸਿਸਟਮ ਹੁੰਦਾ ਉਹਦੇ ਤਹਿਤ ਪੰਪ ਬੰਦ ਹੋ ਜਾਂਦਾ, ਸਪਲਾਈ ਬੰਦ ਹੋ ਜਾਂਦੀ, ਤੁਹਾਡੀ ਸਪਲਾਈ ਨਹੀਂ ਬੰਦ ਹੋਈ? ਪਰ ਉਦੋਂ ਕੰਮ ਨਹੀਂ ਕਰਦਾ ਹੋਣਾ ਜਾਂ ਕੋਈ ਪ੍ਰੋਬਲਮ, ਯਾਨੀ ਪਤਾ ਸੀ ਤੁਹਾਨੂੰ ਪ੍ਰੋਬਲਮ ਹੈਗੀ? ਨਹੀਂ ਪਤਾ ਨਹੀਂ ਲੱਗਾ। ਨਹੀਂ ਜਦੋਂ ਜਦੋਂ ਸੈਂਪਲ ਆਪਾਂ ਲੈਂਦੇ ਹਾਂ, ਤਿੰਨ ਟਾਈਮ ਸੈਂਪਲਿੰਗ ਹੁੰਦੀ ਹੈ ਪੰਪ ਦੀ? ਨਹੀਂ ਕਿੰਨੇ ਟਾਈਮ ਸੈਂਪਲ ਕਰਦੇ ਤੁਸੀਂ? ਇੱਕ ਟਾਈਮ ਸਵੇਰ ਨੂੰ ਹੁੰਦੀ ਆ। ਕਿੰਨੇ ਵਜੇ? ਸਵੇਰ ਨੂੰ 8-9 ਵਜੇ। ਕੀ ਸਵੇਰੇ ਜਦੋਂ ਤੇਲ ਪਾਉਣ ਤੋਂ ਪਹਿਲਾਂ ਸੈਂਪਲਿੰਗ ਹੋਈ ਸੀ ਉਦੋਂ ਸਹੀ ਸੀਗਾ, ਅਤੇ ਉਸ ਤੋਂ ਬਾਅਦ ਕਦੋਂ ਪ੍ਰੋਬਲਮ ਆਈ? ਇਹ ਤਾਂ ਸ਼ਾਮ ਦੇ ਟਾਈਮ ਆਈ ਜੀ। ਸ਼ਾਮ ਦੇ ਟਾਈਮ ਕਿੰਨੇ ਕੁ ਲੋਕ ਆ ਚੁੱਕੇ ਜਿਹਨਾਂ ਨੂੰ ਪ੍ਰੋਬਲਮ ਖੜੀ ਹੈ, ਗੱਡੀਆਂ ਖੜੀਆਂ ਹੋ ਗਈਆਂ ਲੋਕਾਂ ਦੀਆਂ? ਇਹ ਹੋ ਹੀ ਗਏ ਜੀ, ਆਪਾਂ ਘੱਟੋ ਘੱਟ 8-10 ਗੱਡੀਆਂ ਖੜੀਆਂ ਹੋ ਗਈਆਂ, ਜਿਹੜਾ ਖਰਾਬੀ ਆ ਗਈ ਗੱਡੀ। ਤੁਸੀਂ ਕੀ ਪੋਸਟ ਹੈ ਤੁਹਾਡੀ ਇੱਥੇ? ਮੈਂ ਤਾਂ ਉੱਥੇ ਸੇਲਮੈਨ ਹੋ। ਕੀ ਨਾਮ ਪੰਪ ਦਾ ਜੀ? ਮੇਜਰ ਰਹਿੰਦੀ ਓਪਨਿੰਗ। ਕਿਹੜੀ ਜਗ੍ਹਾ ਇਹ? ਇਹ ਪੈਣਾ ਆਪਣੇ ਹਾਦੀਆਬਾਦ 'ਚ ਮਨਸਾ ਦੇਵੀ ਸਕੂਲ ਹਾਦੀ ਹਾਦੀਆਬਾਦ ਹੀ ਪਾ ਜੀ, ਹਾਦੀਆਬਾਦ ਮਾਲਕ ਹਾਦੀਆਬਾਦ 'ਚ ਅਤੇ ਹੁਣ ਤੁਸੀਂ ਜਿਹੜੇ ਪਾਣੀ ਟੈਂਕ 'ਚ ਗਿਆ ਉਹਦੇ ਵਾਸਤੇ ਕੀ ਕੀਤਾ ਗਿਆ? ਉਹਦੇ ਲਈ ਜਲੰਧਰੋਂ ਬੁਲਾਏ ਗਏ ਆ ਜੀ, ਜਲੰਧਰੋਂ ਬੁਲਾ ਕੇ ਪਾਣੀ ਮਤਲਬ ਟੈਂਕਰ 'ਤੇ ਸਾਫ਼ ਕਰਾਇਆ। ਕਾਫ਼ੀ ਵੱਡੇ ਪੱਧਰ 'ਤੇ ਪਾਣੀ ਨਿਕਲਿਆ ਹੋਣਾ? ਹਾਂਜੀ ਹਾਂਜੀ ਪਾਣੀ। ਕੀ ਨਾਮ ਤੁਹਾਡਾ? ਮੇਰਾ ਨਾਮ ਪਿੰਦਾ ਜੀ। ਕੀ ਮਾਮਲਾ? ਇੱਕ ਤੁਸੀਂ ਪੰਪ 'ਤੇ ਖੜੇ ਆ ਭਾਈ? ਸਾਡੇ ਹੈ ਨਾ, ਸਾਡੇ ਆਟੋ ਵਾਲੇ ਆ ਜਿੱਦਾਂ ਮੰਨ ਲਓ ਉੱਥੇ ਤੇਲ ਪਾਇਆ ਸੀ, ਅਤੇ ਉਹਨੇ ਤੇਲ ਦੀ ਜਗ੍ਹਾ ਪਾਣੀ ਪਾ ਤਾ, ਅਤੇ ਇਸ ਟਾਈਮ ਇੰਜਨ ਹੋਣੇ ਵਾਲੇ ਆ ਉਹ ਆਟੋ ਵਾਲੇ ਭਾਈ। ਜਦੋਂ ਆਏ ਹਾਂ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੋਈ। ਜਦੋਂ ਇੱਥੇ ਮਾਲਕ ਸੀਗੇ, ਇਹ ਮਾਲਕ ਨੂੰ ਇਹ ਕਿਹਾ ਵੀ ਸਾਡੀ ਗੱਲ ਸੁਣ ਲਓ, ਉਹਨੇ ਕਿਹਾ ਵੀ ਮੇਰੇ ਤੋਂ ਟਾਈਮ ਹੈ ਨਹੀਂ, ਭੱਜ ਗਏ ਉਹ। ਦੋ ਦਿਨ ਹੋ ਗਏ। ਇਹ ਕਦੋਂ ਪਏ ਪ੍ਰੋਬਲਮ ਆਈ ਹੈ ਤੁਹਾਨੂੰ? ਜਿਹੜਾ ਮੀਂਹ ਪਿਆ ਕਿਹੜਾ ਪੰਪ ਹੈ ਅਤੇ ਕਿਹੜੇ ਰੋਡ 'ਤੇ? ਜਿਹੜਾ ਮਾਲਕ ਆ ਜਾਂ ਕਿਸੇ ਮੈਨੇਜਰ ਨਾਲ ਕਿਸੇ ਨਾਲ ਗੱਲਬਾਤ ਹੋਈ? ਹਾਂਜੀ, ਸਾਰੇ ਨੇ ਗੱਲ ਹੋਈ ਆ। ਉਹਨੇ ਮਾਲਕ ਨਾਲ ਗੱਲ ਕਰੋ। ਕੋਈ ਪੁੱਛ ਕਿੱਥੇ ਆ? ਮਾਲਕ ਕਿੱਥੇ ਆ? ਮਾਲਕ ਜੀ ਸਾਨੂੰ ਕਹਿੰਦਾ ਟਾਈਮ ਹੀ ਹੈ ਨਹੀਂ ਸਾਡੇ ਕੋਲ ਗੱਲ ਕਰਨ ਦਾ। ਮਾਲਕ ਆਇਆ ਸੀ ਆਪਣੇ ਪੈਟਰੋਲ ਪੰਪ ਤੋਂ ਤੇਲ ਭਰਾ ਕੇ, ਉਹ ਤੋਂ ਤੁਰਨ ਦੀ ਕਿਹਾ। 2000 ਰੁਪਏ ਉਹਨਾਂ ਤੋਂ ਲੈ ਕੇ। ਕਿੰਨੀਆਂ ਆਟੋ ਲੋ? ਆ ਸਰ, ਹਜੇ ਅੱਧੀਆਂ ਤਾਂ ਪਿੱਛੇ ਪਿੰਡਾਂ 'ਚ ਖੜ ਗਈਆਂ ਜਦੋਂ ਬਾਕੀ ਜਿਹੜੀਆਂ ਬਾਕੀ ਦੀਆਂ ਗੱਡੀਆਂ ਉਹ ਇੱਥੇ ਆਪਣੇ ਮਿਸਤਰੀ ਦੇ ਕੋਲ ਖੜੀਆਂ ਵਾ। ਜਿਹੜੀਆਂ 2-4 ਗੱਡੀਆਂ ਜਿਨ੍ਹਾਂ ਨਾਲ ਗੱਲਬਾਤ ਕੀਤੀ ਵੀ ਇੱਦਾਂ ਦਾ ਹੋਈ ਹੈ, ਬਾਕੀ ਸਾਰੇ ਭਰਾ ਇਕੱਠੇ ਹੋ ਕੇ ਇੱਥੇ ਆਏ ਆ। ਸਾਡੀਆਂ ਗੱਡੀਆਂ ਦੇ ਵਿੱਚ ਕੋਈ ਸੁਣਵਾਈ ਨਹੀਂ ਹੋਈ। ਅਸੀਂ ਜਦ ਇਹੀ 2-3 ਘੰਟੇ ਹੋ ਗਏ ਇੱਥੇ ਆਏ ਨੂੰ, ਮਾਲਕ ਨੂੰ ਅਸੀਂ ਕਿਹਾ ਵੀ ਸਾਡੇ ਨਾਲ ਬਹਿ ਗੱਲ ਕਰ ਲਓ, ਜਿਹੜੀ ਵੀ ਹੈਗੀ ਆ ਵੀ ਸਾਡਾ ਖਰਚਾ ਦੇ ਦਿਓ, ਜਿਹੜੇ ਬਣਦਾ ਸਾਡੇ ਆਟੋ ਵਿੱਚ। ਗਰੀਬ ਬੰਦੇ ਅਸੀਂ, ਸਾਡੀ ਕੋਈ ਸੁਣਵਾਈ ਨਹੀਂ। ਕੀ ਮਤਲਬ ਲੱਗਦਾ ਕਿ ਜਿਹੜਾ ਆਟੋ ਸੀ ਕੀ ਕਿੰਨੀ ਚੀਜ਼ ਕੀ ਚਾਹ ਉੱਤੇ ਲੱਗਦਾ, ਕਿੰਨਾ ਖਰਚਾ ਜਾਂਦਾ ਉਹਦੇ 'ਤੇ? 7-10 ਹਜ਼ਾਰ ਰੁਪਈਏ ਦਾ ਖਰਚਾ। ਗੱਡੀਆਂ ਜਿਹੜੀਆਂ ਆਉਣੀਆਂ ਮਤਲਬ ਸਾਰੀਆਂ ਬੰਦ ਹੀ ਆਈਆਂ ਆ, ਤੇ ਮਤਲਬ ਤੇਲ ਜਿੰਨਾ ਵੀ ਉੱਥੇ ਕੱਢਿਆ ਮਤਲਬ ਬਿਲਕੁਲ ਪਾਣੀ ਹੀ ਆ ਉਹਦੇ ਵਿੱਚ, ਕਚਰਾ ਬਿਲਕੁਲ। ਤਾਂ ਉੱਥੇ ਇੰਜਨ ਸਰ ਕੀ ਕਰੇਗਾ? ਯਹਾਂ ਸੇ ਗਾੜੀ ਖਿਚਵਾ ਕੇ ਲੇ ਗਏ।